ਰਹੇ ਹਾਂ ਪਿੰਡ ਰਾਊਵਾਲਾ ਜ਼ਿਲ੍ਹਾ ਮੋਗਾ ਜਿੱਥੇ ਕਿ ਅਕਾਲੀ ਦਲ ਵੱਲੋਂ ਜਿਹੜਾ ਕੋਆਪਰੇਟਿਵ ਸੁਸਾਇਟੀ ਰਾਊਵਾਲਾ ਦੇ ਬਾਹਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਵੱਲੋਂ ਕੀ ਇਹ ਰੋਸ ਪ੍ਰਦਰਸ਼ਨ ਦਾ ਕਾਰਨ ਹੈ ਕੀ ਵਜ੍ਹਾ ਹੈ ਜਾਣਦੇ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਪ੍ਰੋਫੈਸਰ ਕੀ ਮਸਲਾ ਸਾਰਾ ਜਿਹੜਾ ਦੇਖੋ ਸੁਸਾਇਟੀ ਦੇ ਵਿੱਚ ਮੈਂਬਰ ਬਣਦੇ ਹੁੰਦੇ ਆ ਉਹਨਾਂ ਚੋਣ ਜਿਹੜੀ ਕਿਸੇ ਨੂੰ ਕੁਛ ਨਹੀਂ ਦੱਸਿਆ ਗਿਆ ਸੁਸਾਇਟੀ ਦੀ ਉੱਪਰ ਚੋਣ ਕੀਤੀ ਗਈ ਹੈ ਮੈਂਬਰਾਂ ਦੀ 9 ਪਿੰਡਾਂ ਸੁਸਾਇਟੀ ਆ ਕਿਸੇ ਪਿੰਡ ਨੂੰ ਕੋਈ ਇਹਨਾਂ ਨੇ ਨੋਟਿਸ ਬੋਰਡ ਨਹੀਂ ਲਾਇਆ ਕੁਛ ਨਹੀਂ ਕੀਤਾ ਹੋਇਆ ਖੜੇ ਉਹ ਧੱਕਾ ਕਰਕੇ ਇਹਨਾਂ ਨੇ ਚੋਣ ਕਰਵਾਈ ਗਈ ਆ ਜਿਹਦਾ ਕਿਸੇ ਜਾਣਕਾਰੀ ਕੋਈ ਨਹੀਂ ਸੀਗੀ ਅਤੇ ਇਹ ਧੱਕਾ ਨਹੀਂ ਕੀਤਾ ਜਿਹੜਾ 9 ਪਿੰਡ ਸੁਸਾਇਟੀ ਆ ਸੁਸਾਇਟੀ ਚੱਲਦੀ ਰੱਖਣਾ ਅਤੇ ਹਰ ਇੱਕ ਬੰਦੇ ਰਾਇ ਦਾ ਮਸ਼ਵਰਾ ਮੈਂਬਰਾਂ ਨੂੰ ਚਾਹੀਦੇ ਆ ਅਤੇ ਇਹਨੇ ਕੋਈ ਪੁਛਗਿੱਛ ਨਹੀਂ ਕੀਤੀ ਕਦੋਂ ਹੋਈ ਹੈ ਚੋਣ ਜਿਹੜੀ ਇਹ ਚੋਣ ਸਾਨੂੰ ਤਾਂ ਪਰਸੋਂ ਪਤਾ ਲੱਗਾ ਤਕਰੀਬਨ 5 ਤਰੀਕ ਦੀ ਚੋਣ ਕੀਤੀ ਇਹਨਾਂ ਨੇ ਅਤੇ ਪ੍ਰਧਾਨਗੀ ਚੋਣ ਅਜੇ ਹੋਣੀ ਇਹਨਾਂ ਦੀ ਅਤੇ ਇਹਨਾਂ ਧੱਕੇ ਸ਼ਹਿਰ ਧੱਕੇ ਸ਼ਹਿਰ ਕੀਤੀ ਇਹ ਮਾਮਲਾ ਸਾਰਾ ਜਿਹੜਾ ਮਹਾਰਾਜ ਜੀ ਇਹ 9 ਪਿੰਡਾਂ ਦਾ ਦਾਇਰਾ ਬਹੁਤ ਸੋਹਣੀ ਸਾਡੀ ਰਾਊਵਾਲ ਦੀ ਸੁਸਾਇਟੀ ਚੱਲਦੀ ਪਈ ਸੀ ਪਿਛਲੀ ਧਰਮ 'ਚ ਸਾਡੇ ਇੱਥੋਂ ਪ੍ਰਧਾਨ ਸੀਗੇ ਜਹਿਦਾਰ ਜੀ ਨੇ ਸਾਡੇ ਇੱਥੋਂ ਹਲਕੇ ਦੀ ਨੁਮਾਇੰਦਗੀ ਕਰਦੇ ਜਹਿਦਾਰ ਤੋਤਾ ਸਿੰਘ ਜੀ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਉਹਨਾਂ ਨੇ ਸਾਨੂੰ ਇੱਕ ਹੀ ਕਿਹਾ ਸੀ ਇਲੈਕਸ਼ਨ ਸਾਨੂੰ ਪੁੱਛਿਆ ਵੀ ਇਲੈਕਸ਼ਨ ਤੁਸੀਂ ਮਤਲਬ ਕਰਵਾਉਣਾ ਅਤੇ ਅਸੀਂ ਕਿਹਾ ਵੀ ਤਿਆਰ ਆ ਕਿਤੋਂ ਇਲੈਕਸ਼ਨ ਆ ਬਕੌਦਾ ਅਸੀਂ 9 ਮੈਂਬਰ ਬਣ ਗਏ ਠੀਕ ਆ ਹੁਣ ਜਦੋਂ ਦੀ ਸਾਡੀ ਧਰਮ ਤੁਰੀ ਬੜੀ ਸੋਹਣੀ ਸਾਡੀ ਧਰਮ ਚੱਲੀ ਉਦੋਂ ਬਾਅਦ ਇਹਨਾਂ ਨੇ ਇਹ ਸਰਕਾਰ ਕਾਂਗਰਸ ਸਰਕਾਰ ਨੇ ਇੱਥੋਂ ਦੇ ਲੀਡਰਾਂ ਨੇ ਸਾਰਾ ਸਾਰਾ ਧੱਕਾ ਕੀਤਾ ਗਿਆ ਸਾਨੂੰ ਬਿਲਕੁਲ ਕੋਈ ਪਤਾ ਨਹੀਂ ਲੱਗਿਆ ਇਹਨਾਂ ਨੇ ਨਾ ਕੋਈ ਮਨਿਆਦੀ ਕਰਾਈ ਨਾ ਕੋਈ ਨੋਟਸ ਲਾਇਆ ਚਾਰਾ ਸਾਡੀ ਕਿਸੇ ਦੀ ਸਾਡੇ ਨਾ ਕਿਸੇ ਪੁਰਾਣੀ ਸਾਡੀ ਕਮੇਟੀ ਦੀ ਸਾਨੂੰ ਜਾਂ ਕਿਸੇ ਨੂੰ ਸਾਨੂੰ ਪਤਾ ਨਹੀਂ ਲੱਗਿਆ ਅਤੇ ਸਾਰਾ ਸਾਰਾ ਇਹਨਾਂ ਧੱਕਾ ਕੀਤਾ ਗਿਆ ਕਿਉਂਕਿ ਪ੍ਰਸ਼ਾਸਨ ਨੇ ਇੱਥੋਂ ਦੇ ਲੀਡਰਾਂ ਨੇ ਲੋਕਲ ਨੇ ਇੱਥੋਂ ਕਾਂਗਰਸ ਸਰਕਾਰ ਨੇ ਇੱਥੋਂ ਦੇ ਜਿਹੜੇ ਮੌਜੂਦਾ MLA ਆ ਸਾਰਾ ਸਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੇ ਕਿਉਂਕਿ ਪਿਛਲੀ ਟਰਮ ਸਰਪੰਚੀ ਇਲੈਕਸ਼ਨਾਂ 'ਚ ਵੀ ਇਹਨਾਂ ਨੇ ਧੱਕਾ ਕੀਤਾ ਬਲਾਕ ਸਮਿਤੀਆਂ 'ਚ ਵੀ ਕੀਤਾ ਹੁਣ ਕਾਂਗਰਸ ਸੁਸਾਇਟੀਆਂ 'ਚ ਵੀ ਕੀਤੀਆਂ ਇਸ ਤਰ੍ਹਾਂ ਦੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸਾਡੀ ਇੱਡੀ ਸੋਹਣੀ ਸੁਸਾਇਟੀ ਚੱਲਦੀ ਸੀ ਬਹੁਤ ਹੀ ਸਾਡਾ ਨੁਕਸਾਨ ਇਹਨਾਂ ਨੇ ਕੀਤਾ ਕਿਸੇ ਨੂੰ ਸਮਝ ਪਤਾ ਨਹੀਂ ਕੀ ਨਾਮ ਹੈ ਜੀ ਤੁਹਾਡਾ ਕਰਨਜੀਤ ਸਿੰਘ ਅਤੇ ਮੈਂ ਇਸ ਟਰਮ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਸੀ ਜੀ ਹੁਣ ਇਹਨਾਂ ਨੇ ਨਵੀਂ ਚੋਣ ਕਰਤੀ ਹੈ ਜੀ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਇਹਨਾਂ ਨੇ ਗੁਪਤ ਚਾਲ ਦੇ ਕਾਗਜ਼ਾਂ 'ਚ ਕਰ ਲਿਆ ਹੋਵੇ ਸਾਨੂੰ ਪਤਾ ਨਹੀਂ ਸਾਨੂੰ ਪਬਲਿਕ ਨੂੰ ਕੋਈ ਇਹਦੇ ਬਾਰੇ ਪਤਾ ਨਹੀਂ ਨਾ ਪਿੰਡਾਂ 'ਚ ਨੋਟਿਸ ਬਕਾਇਦਾ ਲੱਗਦੇ ਮੇਰੀ ਤਰਫ ਵਿੱਚ ਬਕਾਇਦਾ ਪਿੰਡਾਂ 'ਚ ਨੋਟਿਸ ਉੱਤੇ ਲੱਗੇ ਸੀਗੇ ਉਹ ਇਲੈਕਸ਼ਨ ਹੋਇਆ ਸੀ ਬਕਾਇਦਾ ਇੱਥੇ ਪੁਲਿਸ ਵਗੈਰਾ ਸਾਰੇ ਫੋਰਸ ਲਾ ਕੇ ਇਲੈਕਸ਼ਨ ਹੋਇਆ ਸੀ ਇਹਨਾਂ ਤਾਂ ਸੁਸਾਇਟੀ ਦੇ ਵਿੱਚ ਹੀ ਨਹੀਂ ਆਏ ਜੀ ਕਿਸੇ ਦੇ ਘਰੇ ਬਹਿ ਕੇ ਇਲੈਕਸ਼ਨ ਕੀਤਾ ਇਹਨਾਂ ਨੇ ਮਤਲਬ ਉੱਥੇ ਚੋਣ ਕਰ ਲਈ ਆ ਇੱਥੇ ਤਾਂ ਸਿਰਫ AR ਅਤੇ 2 ਇੰਸਪੈਕਟਰ ਆਏ ਅਤੇ ਮੌਕੇ 'ਤੇ ਆ ਕੇ ਪਤਾ ਲੱਗਾ ਵੀ ਇੱਥੇ ਫੋਟੋਆਂ ਖਿੱਚ ਕੇ ਲੈ ਗਏ ਆ ਬਸ ਕਿਸੇ ਬੰਦੇ ਨੂੰ ਸਾਨੂੰ ਅੱਜ 11 ਦਿਨਾਂ ਬਾਅਦ ਪਤਾ ਲੱਗਾ ਵੀ ਇੱਥੇ ਇਲੈਕਸ਼ਨ ਹੋ ਗਿਆ ਮੈਂ ਸੁਸਾਇਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਤੱਕ ਨਹੀਂ ਪਤਾ ਇਹਨਾਂ ਦੇ ਇਹਨਾਂ ਨੇ 11 ਮੈਂਬਰੀ ਕਮੇਟੀ ਬਣਾਈ ਹੈ ਜੀ ਅਰ ਕੇ ਅਤੇ ਜਿਹਦੇ ਵਿੱਚ ਅਜੇ ਇਹਨਾਂ ਨੇ ਪ੍ਰਧਾਨ ਦੀ ਚੋਣ ਕਰਨੀ ਪਤਾ ਲੱਗਾ ਜੀ ਅਜੇ ਅਸੀਂ ਰਿਕਾਰਡ ਤਾਂ ਵੇਖਿਆ ਨਹੀਂ ਨਾ ਸਾਨੂੰ ਇਹ ਵਿਖਾ ਹੀ ਰਹੇ ਆ ਜੀ ਅਤੇ ਅੱਜ ਅਸੀਂ ਇਹਨਾਂ ਤੋਂ ਮੰਗ ਕੀਤੀ ਆ ਵੀ ਸਾਨੂੰ ਉਹਦਾ ਨਕਲ ਮਤਾ ਦਿੱਤਾ ਜਾਵੇ ਜਿਹੜੀ ਤੁਸੀਂ ਚੋਣ ਕੀਤੀ ਆ ਵੇਖੋ ਇਹ ਹੁਣ ਸੈਕਟਰੀ ਦੀ ਮਰਜ਼ੀ ਆ ਸਾਨੂੰ ਦਿੰਦਾ ਕਿ ਜਾਂ ਅਸੀਂ ਆਪਦੇ ਕਾਨੂੰਨੀ ਕਾਰਵਾਈਆਂ ਲਵਾਂਗੇ ਫਿਰ ਕਿੰਨੇ ਪਿੰਡਾਂ ਨਾਲ ਸੰਬੰਧਿਤ ਇਹ ਕੋਆਪਰੇਟਿਵ ਸੁਸਾਇਟੀ ਜਿਹੜੀ ਆ ਹੈਗੀ ਆ ਰਾਊਵਾਲ ਇਹ 9 ਪਿੰਡਾਂ ਦੀ ਸੁਸਾਇਟੀ ਹੈ ਜੀ 9 ਪਿੰਡਾਂ ਨੂੰ ਬਹੁਤ ਵਧੀਆ ਸੁਸਾਇਟੀ ਚੱਲ ਰਹੀ ਆ ਕਿਸੇ ਕਿਸਮ ਦੀ ਕੋਈ ਕੰਪਲੇਂਟ ਹੀ ਨਹੀਂ ਹੈ ਸੁਸਾਇਟੀ ਕੋਈ ਪਰ ਆਹ ਜਿਹੜੀ ਹੁਣ ਧੱਕੇ ਸ਼ਾਹੀ ਸਾਡੇ ਨਾਲ ਹੋ ਰਹੀ ਆ ਇਹ ਇੱਕ ਵੰਡੀਆਂ ਪਾਉਣ ਦਾ ਇਹਨਾਂ ਦਾ ਕੰਮ ਸ਼ੁਰੂ ਕਰ ਲਿਆ ਕਾਂਗਰਸ ਸਰਕਾਰ ਨੇ ਜੋ ਕਿ ਸਾਡੇ ਨਾਲ ਸਾਡੇ ਸਰ ਧੱਕਾ ਹੈ ਹੁਣ ਤੁਹਾਨੂੰ ਦੱਸ ਦਿੱਤਾ ਪ੍ਰਧਾਨ ਜੀ ਹੁਣ ਜੋ ਮਾਮਲਾ ਹੋਇਆ ਸਾਰੇ ਆਮ ਹੀ ਧੱਕਾ ਕਾਂਗਰਸ ਸਰਕਾਰ ਕਰ ਰਹੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਇਹ ਨਹੀਂ ਐਵੇਂ ਹੋਣਾ ਚਾਹੀਦਾ ਸੀਗਾ ਇਲੈਕਸ਼ਨ ਹੋਣਾ ਚਾਹੀਦਾ ਸੀਗਾ ਸਾਨੂੰ ਸਾਰੇ ਪਾਵਰ ਨੂੰ 9 ਪਿੰਡਾਂ ਦੇ ਪਿੰਡਾਂ ਨੂੰ ਪਤਾ ਲੱਗਣਾ ਚਾਹੀਦਾ ਸੀਗਾ ਸਾਰੇ ਆਮ ਨੋਟਿਸ ਨਿਕਲ ਲੱਗਦੇ ਇਲੈਕਸ਼ਨ ਦਾ ਹੁੰਦਾ ਜੇ ਸਹਿਮਤੀ ਹੁੰਦੀ ਸਹਿਮਤੀ ਸਾਰੇ 9 ਪਿੰਡਾਂ ਦੀ ਸਹਿਮਤੀ ਦੇ ਨਾਲ ਇਲੈਕਸ਼ਨ ਹੋਣਾ ਚਾਹੀਦਾ ਸਹਿਮਤੀ ਨਾਲ ਮੈਂਬਰ ਬਣਦੇ ਸੀ ਪਰ ਜਿਉਂ ਕਾਂਗਰਸ ਸਰਕਾਰ ਬਣੀ ਆ ਇਹ ਧੱਕਾ ਹੀ ਕਰੀ ਜਾਂਦੀ ਆ ਹਰ ਵੇਲੇ ਧੱਕਾ ਕਰੀ ਜਾਂਦੀ ਆ ਜਿੰਨੇ ਇਲੈਕਸ਼ਨ ਹੋਏ ਹਰੇਕ ਇਲੈਕਸ਼ਨ ਧੱਕਾ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਚੋਣਾਂ ਸਰਪੰਚ ਦੀਆਂ ਚੋਣਾਂ ਆਈਆਂ ਉਹਦੇ ਵਿੱਚ ਹੀ ਧੱਕਾ ਕੀਤਾ ਇਹਨਾਂ ਧੱਕੇ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਸਰਕਾਰ ਕਹਿਣਾ ਹਾਂਜੀ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਜਿਹੜਾ ਇਹ ਕਹਿ ਰਿਹਾ ਕਿ ਸੁਸਾਇਟੀ ਦੀ ਜਿਹੜੀ ਚੋਣ ਆਏ ਨਾ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਨਾ ਕੋਈ ਇਲੈਕਸ਼ਨ ਹੋਇਆ ਚੁੱਪ ਚਪੀਤੇ ਜਿਹੜੀ ਇਹ ਕਵਾਲੀ ਗਈ ਆ ਇਹਦੇ ਵਿੱਚ ਪਹਿਲਾਂ ਜੋਨ ਬਣੇ ਸੀ 18 ਪੈ ਗਏ ਉਸ ਦੇ ਵਿੱਚ 5/11/2020 ਨੂੰ ਤਰੀਕ ਰੱਖੀ ਗਈ ਉਹਦੇ ਵਿੱਚ ਇੰਸਪੈਕਟਰ ਸਾਹਿਬ ਆ ਕੇ ਜੋ ਇੰਸਪੈਕਟਰ ਆਏ ਸੀ ਬਕਾਇਦਾ ਇਹਨਾਂ ਨੇ ਇਹ ਗੱਲ ਇਲਜ਼ਾਮ ਲਾਇਆ ਜਾ ਰਿਹਾ ਵੀ ਜਿਹੜਾ ਸਾਨੂੰ ਕਿਸੇ ਤਰ੍ਹਾਂ ਪਿੰਡਾਂ ਦੇ ਵਿੱਚ ਕੋਈ ਮਨਾਦੀ ਨਹੀਂ ਕਰਵਾਏਗੀ ਨਾ ਹੀ ਕੋਈ ਦੱਸਿਆ ਗਿਆ ਕਿਸੇ ਨੂੰ ਬੁਲਾਇਆ ਨਹੀਂ ਗਿਆ
ਮਨਿਆਦੀ ਨੇ 11 ਸਰਕਾਰਾਂ ਸਾਡੇ ਕੋਲ ਆਈਆਂ ਸੀ ਉਸ ਟਾਈਮ 'ਤੇ 11 ਦੀਆਂ 11 ਦੇ ਮਨਜ਼ੂਰ ਉਹਨਾਂ ਸਰਕਾਰ ਨੇ ਕਰਨੀ ਸੀ ਮੌਕੇ ਦੇ ਮੈਂ ਆਇਆ ਸੀ ਉਹ ਸਾਡੇ ਕੀਤਾ ਜੀ ਕਿੱਥੇ ਹੋਇਆ ਇਲੈਕਸ਼ਨ ਜਿਹੜਾ ਇੱਥੇ ਸੁਸਾਇਟੀ 'ਚ ਹੋਇਆ ਜੀ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਕਿ ਸੁਸਾਇਟੀ ਦੇ ਵਿੱਚ ਨਹੀਂ ਹੋਇਆ ਕਿਤੇ ਬਾਅਦ ਦੇ ਸੁਸਾਇਟੀ ਦੇ ਵਿੱਚ ਹੋਇਆ ਹਾਂਜੀ ਕਿੰਨੇ ਮੈਂਬਰ ਚੁਣੇ ਗਏ ਆ ਅਤੇ ਕੀ 11 ਮੈਂਬਰ ਚੁਣੇ ਗਏ ਉਹਨਾਂ 'ਚ ਦੋ ਇਸਤਰੀਆਂ ਸੀ ਉਹ ਦੋ ਇਸਤਰੀਆਂ ਬਕਾਇਦਾ ਉਸ ਤਰ੍ਹਾਂ ਦੋ ਇਸਤਰੀਆਂ ਚੁਣੇ ਗਏ ਜਿਵੇਂ ਜਿਵੇਂ ਮੈਂਬਰ ਚੁਣੇ ਜਾਣੇ ਸੀ ਪ੍ਰਧਾਨ ਦੀ ਚੋਣ ਵਗੈਰਾ ਹੋਈ ਪ੍ਰਧਾਨ ਦੀ ਚੋਣ ਅਜੇ ਆਉਣੀ ਹੈ 11 ਮੈਂਬਰ ਬਣੇ ਨੇ ਇਹਦੇ ਵਿੱਚ ਵੱਖ ਵੱਖ ਨਾਂ ਦੇ ਵੱਖ ਵੱਖ ਪਾਰਟੀਆਂ ਪ੍ਰਧਾਨ ਦੀ ਚੋਣ ਇਹਨਾਂ ਵੱਲੋਂ ਜਿਹੜੇ ਇਲਜ਼ਾਮ ਲਾਏ ਜਾ ਰਹੇ ਤੁਹਾਨੂੰ ਲੱਗਦਾ ਕਿ ਸਹੀ ਨੇ ਜਾਂ ਕੀ ਹੋ ਸਕਦਾ ਸਹੀ ਉਹਨਾਂ ਨੂੰ ਤਾਂ ਸਹੀ ਲੱਗਦੇ ਪਰ ਜਿਹੜੇ ਸਰਕਾਰ ਨੇ ਆਪਦਾ ਲੈਕਚਰ ਕਰਾਇਆ ਸਰਕਾਰ ਨੇ ਸਹੀ ਕਰਾਇਆ ਪ੍ਰਬੰਧਕ ਕਮੇਟੀਆਂ ਹੋਈਆਂ ਜਾਂਦੀਆਂ ਰਹੀਆਂ ਤੇ ਸਭਾ ਦੇ ਮੈਂਬਰ ਸਾਨੂੰ ਜ਼ਰੂਰੀ ਨੇ ਕਿਉਂਕਿ ਜੇ ਸੁਸਾਇਟੀ ਤਾਰਨਗੇ ਤਾਂ ਹੀ ਸਾਡੀਆਂ ਕਰਨ ਮੌਜੂਦਾ ਪ੍ਰਧਾਨ ਸੀ ਪਿਛਲੇ ਕਰਨਜੀਤ ਸਿੰਘ ਜੀ ਇਹਨਾਂ ਦਾ ਨਾਮ ਹੈ ਉਹਨਾਂ ਨੂੰ ਉਹ ਕਹਿੰਦੇ ਵੀ ਮੈਨੂੰ ਵੀ ਜਿਹੜਾ ਦੱਸਿਆ ਨਹੀਂ ਗਿਆ ਕਿਸੇ ਤਰ੍ਹਾਂ ਦਾ ਕਰਨਜੀਤ ਸਿੰਘ ਨਾਲ ਇੱਕ ਦੋ ਵਾਰੀ ਗੱਲ ਹੋਈ ਸੀ ਇਲੈਕਸ਼ਨ ਤੋਂ ਪਹਿਲਾਂ ਹੋਈ ਸੀ ਜਿਹੜੀ ਕਿਹਾ ਗਿਆ ਸੀ ਇਲੈਕਸ਼ਨ ਹੋਣਾ ਹੈ ਅਤੇ ਸਾਡਾ ਇਲੈਕਸ਼ਨ ਬਹੁਤ ਅੱਗੇ ਵੀ ਲੇਟ ਹੋਇਆ ਪਿਆ ਸੀ ਉਹਦੇ 'ਚ ਦੋ ਵਾਰੀ ਪ੍ਰਸ਼ਾਸਕ ਦੇ 6-6 ਮਹੀਨੇ 3-3 ਮਹੀਨੇ ਦੋ ਵਾਰੀ ਪ੍ਰਸ਼ਾਸਕ ਦਾ ਉਦੋਂ ਬਾਅਦ ਅਸੀਂ ਆਂਡ ਲਾਸ ਕਰਕੇ ਇੱਕ ਉਸ ਵਿੱਚ ਪ੍ਰਧਾਨ ਚੁਣਿਆ ਗਿਆ ਉਸ ਦੇ ਨਾਲ ਹੀ ਸਾਲ ਇੱਕ ਲੰਘਿਆ ਅਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਇਲੈਕਸ਼ਨ ਹੋਣਾ ਅਤੇ ਤਰੀਕ ਰੱਖੀ ਵੀ ਗਈ ਸਾਰਾ ਕਿਤੇ ਹੋਇਆ ਕੌਣ ਕੌਣ ਮੌਜੂਦ ਸੀ ਉਸ ਸਮੇਂ ਜਦੋਂ ਇਲੈਕਸ਼ਨ ਹੋਇਆ ਕਿਹੜੇ ਮਤਲਬ ਅੰਡਰ ਆਇਆ ਉਸ ਦੇ ਵਿੱਚ ਇੰਸਪੈਕਟਰ ਸਾਹਿਬ ਦੋ ਸੀ ਜਿਵੇਂ ਆਰ ਓ ਹੁੰਦਾ ਅਤੇ ਇੱਕ ਨਾਲ ਹੁੰਦਾ ਰਿਟਰਨਿੰਗ ਅਫਸਰ ਦੇ ਨਾਲ ਆਏ ਦੋ ਜਣੇ ਦੋਵੇਂ ਆਏ ਜੀ ਪ੍ਰਕਾਸ਼ ਸਾਹਿਬ ਮੌਕੇ 11 ਆਈ 11 ਦੇ 11 ਹੀ ਬਣ ਉਸ ਤੋਂ ਬਾਅਦ ਪ੍ਰਕਾਸ਼ ਨਹੀਂ ਆਈ ਕੋਈ ਆਉਂਦੇ ਨਾ ਕੋਈ ਰੱਦ ਹੋਈ ਅਤੇ ਨਾ ਹੀ ਕਿਸੇ ਨੇ ਵਾਪਸ ਦੇ